بسم اللہ الرحمن الرحیم السلام علیکم تو جی میرے ਕਿਸਾਨ بھائیو ایسੋ ਇੱਕ ਸਾਡੀ ਜਿਹੜੀ بیਟੀ ਕਾਟਣ ਦੀ ਫਸਲ ਆ ਇਹਦੇ ਤੇ ਅਸੀਂ ਡੀਪਲੀ ਪੈਸਟ ਸਕਾਉਟਨ ਕਰੀਏ اور ਪੈਸਟ ਸਕਾਉਟਨ ਤੋਂ ਬਾਅਦ ਅਸੀਂ ਕਿਸ ਨਤੀਜੇ ਤੇ ਪਹੁੰਚਣਾ ਹੈ ਇਹ ਸਾਰੀਆਂ ਗੱਲਾਂ ਮਤਾਂ ਮੈਂ ਜਿਹੜੀਆਂ ਨਾ ਇਸ ਵੀਡੀਓ ਦੇ ਵਿੱਚ ਦੱਸਾਂਗਾ ਦੇਖੋ ਇੱਕ ਮਹਿੰਗੀ ਫਸਲ ਆ اور ਪਿਛਲੀ ਮਿਹਨਤ ਜਿਹੜੀ ਆ ਉਹ ਅਸੀਂ ਜ਼ਾਇਏ ਨਹੀਂ ਕਰਨੀ ਉਸ ਨੂੰ ਅਸੀਂ ਕਵਰ ਕਰਨਾ ਅਗਰ ਤੁਸੀਂ ਦੇਖਦੇ ਆ ਨਾ ਕਿ 100 ਪੌਦੇ ਪੌਦਾ ਸੋ ਪੌਦੇ ਦੇ ਵਿੱਚ ਦੀ ਇੱਕ ਮਾਸ਼ੀ ਹਾਦ ਮੈਂ ਤੁਹਾਨੂੰ ਦੱਸਣ ਲੱਗਾ ਐ ਇਸ ਬਿਮਾਰੀ ਦੀ ਅਗਰ ਮਤਲਬ 5 ਫੁੱਲ ਮਧਾਨੀ ਨਮਾ ਮਤਲਬ ਇਹਨਾਂ ਦਾ ਮੂੰਹ ਬੰਦ ਹੋ ਜਾਂਦਾ ਵਾ ਔਰ ਇਹ ਹਲਕੇ ਗੁਲਾਬੀ ਤੋਂ ਜ਼ਿਆਦਾ ਇਹ ਗੁਲਾਬੀ ਹੋ ਜਾਂਦੇ ਆ ਤੇ ਫਿਰ ਸਮਝ ਲਓ ਕਿ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਨਾ ਉਹ ਸ਼ੁਰੂ ਆ ਨਿਸ਼ਾਨੀ ਇਸ ਦੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਹਰ 100 ਗੁੱਡੀ ਦੇ ਵਿੱਚੋਂ 5 ਫੁੱਲ ਗੁੱਡੀਆਂ ਜਿਹੜੀਆਂ ਨਾ ਉਹ ਮਧਾਨੀ ਨਮਾ ਹੋ ਜਾਂਦੀਆਂ ਮਤਲਬ ਐਦਾਂ ਆਪਸ ਹੈ ਨਾ ਜੋਟਿਆ ਬਣ ਜਾਂਦਾ ਵਾ ਮੂੰਹ ਬੰਦ ਹੋ ਜਾਂਦਾ ਵਾ ਤੇ ਦੂਸਰਾ ਆਮ ਤੁਸੀਂ ਜਿਹੜੇ ਟੀਂਡੇ ਆ 100 ਟੀਂਡਿਆਂ ਦੇ ਵਿੱਚੋਂ ਨਰਮ ਟੀਂਡੇ ਜਿਹੜੇ ਅਗਰ 5 ਟੀਂਡੇ ਦੇ ਵਿੱਚ ਗੁਲਾਬੀ ਸੰਡੀ ਆ ਜਾਏ ਤੇ ਸਮਝ ਲਓ ਕਿ ਇਹ ਕੋ ਮਾਸ਼ੀ ਹੱਤ ਦਾ ਇੱਥੇ ਸਪਰੇ ਜਿਹੜਾ ਨਾ ਉਹ ਜ਼ਰੂਰੀ ਹੋ ਗਿਆ ਸਪਰੇ ਅਸੀਂ ਕਰਨਾ ਵਾ ਦੇਖੋ ਕੋਈ ਵੀ ਸਾਡੀ ਜਿਹੜੀ ਵੈਰਾਈਟੀ ਹੈ ਨਾ ਉਹ ਪਿੰਕ ਫ੍ਰੀ ਨਹੀਂਗੀ ਪਿੰਕ ਰੈਜ਼ਿਸਟੈਂਸ ਅਸੀਂ ਕਹਿ ਸਕਦੇ ਆ ਤੇ ਕਿਸੇ ਦੇ ਵਿੱਚ ਰੈਜ਼ਿਸਟੈਂਸ ਜ਼ਿਆਦਾ ਵਾ ਔਰ ਕਿਸੇ ਵੀ ਦੇ ਵਿੱਚ ਕਮ ਆ ਔਰ ਜਿਹੜਾ ਫਰੀ ਦਾ ਨਾਮ ਦਿੱਤਾ ਗਿਆ ਨਾ ਕਿ ਇਹ ਫਰੀ ਆ ਲੇਕਿਨ ਇਹ ਫਰੀ ਕੋਈ ਵੀ ਨਹੀਂ ਹੈਗਾ ਤੇ ਇਹਦੇ ਵਿੱਚ ਮੈਂ ਹੀ ਰეკਮੈਂਡ ਕਰਾਂਗਾ ਕਿ ਅਗਰ ਇਦਾਂ ਦਾ ਹਮਲਾ ਹੋ ਜੇ ਅਗਰ ਤਾਂ ਨਿਸਬਤਨ ਹਮਲਾ ਕਮ ਹੋਵੇ ਤੇ ਫਿਰ ਤੁਸੀਂ ਡੈਲਟਾ ਮੈਥਰਿਨ ਤੇ ਟ੍ਰਾਈ ਐਜ਼ੋਫਾਸ ਇਹ ਤੁਸੀਂ 400 ਐਮਐਲ ਇਸ ਦਾ ਛੜਕਾਓ ਜਿਹੜਾ ਨਾ ਉਹ ਯਕੀਨੀ ਬਣਾਓ ਅਗਰ ਤੁਸੀਂ ਦੇਖਦੇ ਆ ਕਿ ਇਹ ਹਮਲਾ ਬਹੁਤ ਜ਼ਿਆਦਾ ਹੋ ਗਿਆ ਤੇ ਫਿਰ ਤੁਸੀਂ ਡੈਲਟਾ ਮੈਥਰਿਨ ਤੇ ਟ੍ਰਾਈ ਐਜ਼ੋਫਾਸ ਤੇ ਨਾਲ ਐਬਾਮੈਕਟਨ 333 ਐਮਐਲ ਇਹਦਾ ਮਿਕਚਰ ਬਣਾ ਕੇ ਨਾ ਇਹ ਤੁਸੀਂ ਸਪਰੇਅ ਨੂੰ ਯਕੀਨੀ ਬਣਾਓ ਦੇਖੋ ਇਹ ਅਗਰ ਅਸੀਂ ਇਹਨੂੰ ਗਲਾਬੀ ਨੂੰ ਕਵਰ ਨਹੀਂ ਨਾ ਕਰਦੇ ਤੇ ਸਾਡੀ ਜਿਹੜੀ ਪਿਛਲੀ ਮਿਹਨਤ ਆ ਉਹ ਕੀਤੀ ਵੀ ਜ਼ਾਇਏ ਜਾਏਗੀ ਅਗਰ ਤੁਸੀਂ ਦੇਖਦੇ ਆ ਕਿ ਨਾਲ ਕੋਈ ਥ੍ਰਿਪਸ ਦਾ ਵੀ ਅਟੈਕ ਹੈਗਾ ਵਾ ਤੇ ਇਹ ਥ੍ਰਿਪਸ ਦਾ ਵੀ ਮੈਂ ਥੋੜਾ ਜਿਹਾ ਤੁਹਾਨੂੰ ਗਾਈਡਲਾਈਨ ਦੇ ਦਿਆਂ ਕਿ ਇਹ ਜਿਹੜੇ ਆ ਨਾ ਪੱਤੇ ਜਿਸ ਤਰ੍ਹਾਂ ਇਹ ਮੁੜ ਗਏ ਆ ਔਰ ਇਹਨਾਂ ਦਾ ਮੂੰਹ ਇਦਾਂ ਆਸਮਾਨ ਦੀ ਤਰਫ ਆ ਇਹ ਤੁਸੀਂ ਦੇਖ ਲਓ ਤੇ ਫਿਰ ਤੁਸੀਂ ਸਮਝੋ ਕਿ ਇੱਥੇ ਤੇ ਥ੍ਰਿਪਸ ਦਾ ਅਟੈਕ ਵੀ ਹੈਗਾ ਤੇ ਵਿੱਚ ক্লোਰਫਿਲ ਨਾ ਪਾਇਰ ਜਿਹੜਾ ਨਾ ਉਹ ਵੀ ਤੁਸੀਂ ਸ਼ਾਮਿਲ ਕਰ ਸਕਦੇ ਆ ਤੇ ਉਮੀਦ ਕਰਦੇ ਆ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਕੇ ਆਪਣੀ ਇਸ ਕੀਮਤੀ ਫਸਲ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ